ਹਾਂਜੀ ਗਾਇਸ ਵੈਲਕਮ ਟੂ YouTube ਚੈਨਲ ਹੁਸ਼ਿਆਰਪੁਰ ਬਲੌਗਰ। ਅੱਜ ਰਾਮਲੀਲਾ ਦਾ ਤੀਸਰਾ ਦਿਨ ਪਹੁੰਚ ਗਏ ਅਸੀਂ ਰਾਮਲੀਲਾ ਗਰਾਊਂਡ ਦੇ ਵਿੱਚ ਤੇ ਅੱਜ ਸ਼੍ਰੀ ਰਾਮ ਜੀ ਨੇ ਸੀਤਾ ਜੀ ਨੂੰ ਦੇਖਣਾ ਪਹਿਲੀ ਵਾਰੀ ਵਾਟਿਕਾ ਦੇ ਵਿੱਚ ਜਦੋਂ ਦੋਨਾਂ ਨੇ ਫੁੱਲ ਲੈਣ ਆਉਣਾ ਪੂਜਾ ਦੇ ਲਈ। ਚਲੋ ਆਓ ਤੁਹਾਨੂੰ ਵਾਟਿਕਾ ਵੀ ਦਿਖਾਉਂਦੇ ਹਾਂ ਜਿੱਥੇ ਉਹਨਾਂ ਨੇ ਆਉਣਾ। ਹਾਂਜੀ ਜੀ ਹਾਂ ਜੀ ਵਾਟਿਕਾ ਜਿੱਥੇ ਅੱਜ ਸ਼੍ਰੀ ਰਾਮ ਨੇ ਸੀਤਾ ਜੀ ਨੂੰ ਪਹਿਲੀ ਵਾਰੀ ਦੇਖਣਾ ਆ ਤੇ ਫੁੱਲ ਲੈਣ ਆਉਣਾ ਉਹਨਾਂ ਨੇ। ਉਹ ਤੇ ਸੀਤਾ ਜੀ ਨੇ ਪੂਜਾ ਕਰਨੀ ਆ, ਇੱਥੋਂ ਫੁੱਲ ਵੀ ਲੈਣੇ ਆ ਸ਼੍ਰੀ ਰਾਮ ਜੀ ਨੇ ਤੇ ਸੀਤਾ ਜੀ ਨੇ ਇੱਥੇ ਆਉਣਾ ਉਹਨਾਂ ਨੇ। ਆਹ ਦੇਖੋ ਤਿਆਰ ਕੀਤੀ ਗਈ ਆ, ਡੈਕੋਰੇਸ਼ਨ ਵਧੀਆ ਬਹੁਤ ਹੀ ਸੋਹਣੇ ਤਰੀਕੇ ਨਾਲ ਕੀਤੀ ਗਈ ਆ, ਹਿਸਾਬ ਦੇ ਨਾਲ ਵੀ ਆ। ਉੱਥੇ ਬੈਠੇ ਹੋਣਾ ਜੀ ਸ਼੍ਰੀ ਰਾਮ, ਉਹ ਬੈਠੇ ਹੋਏ ਆ ਦੇਖੋ ਜਰਾ। ਹਾਂਜੀ ਗਾਈ ਤੇ ਇਹ ਉਹ ਵਾਲਾ ਸੀਨ ਆ ਜਦੋਂ ਸ਼੍ਰੀ ਰਾਮ ਜੀ ਨੇ ਅਹਿੱਲਿਆ ਜੀ ਨੂੰ ਪੱਥਰ ਦੇ ਸ਼ਰਾਪ ਤੋਂ ਮੁਕਤ ਕਰਾ ਸਕਾ ਜਦੋਂ ਪੱਥਰ ਬਣ ਗਏ ਸੀਗੇ, ਅਤੇ ਉਸ ਤੋਂ ਬਾਅਦ ਉਹਨਾਂ ਨੇ ਵਾਟਿਕਾ ਤੋਂ ਆਉਣ ਤੋਂ ਪਹਿਲਾਂ ਉਹਨਾਂ ਨੂੰ ਪੱਥਰ ਦੇ ਸ਼ਰਾਪ ਤੋਂ ਮੁਕਤ ਕਰਾਤਾ ਸੀਗਾ। ਸ਼ਹਿਰਾਂ 'ਚ ਇੱਕ ਹੋਰ ਨਵਾਂ ਝੂਲਾ ਆ ਗਿਆ ਵਾ, ਸਟਾਰਟ ਵੀ ਹੋ ਗਿਆ। ਚਲੋ ਤੁਹਾਨੂੰ ਉਹ ਹੀ ਦਿਖਾਉਂਦੇ ਹਾਂ। ਸੋ ਗਾਇਸ ਯਹਾਂ ਪੇ ਸਰ ਲਿਪਸਟਿਕਸ ਕਾ ਸਟਾਕ ਹੈ। ਭਈਆ ਕਿਤਨੇ ਸੇ ਸਟਾਰਟਿੰਗ ਹੈ? 100 ਸੇ ਸਟਾਰਟਿੰਗ ਹੈ। ਯੂ ਕੈਨ ਸੀ ਕਿ ਕੀ ਚੀਜ਼ਾਂ ਆ ਗਈਆਂ। ਕਾਫੀ ਕੁਝ ਹੈ ਯਹਾਂ ਪੇ ਆਪਕੋ ਮੇਕਅਪ ਕਾ। ਬਹੁਤ ਜ਼ਿਆਦਾ ਸਮਾਨ ਆ ਗਿਆ। ਸਹੀ ਬਾਤ ਹੈ, ਕਰਵਾ ਚੌਥ ਕਾ ਸਮਾਨ ਆ। ਸ਼ਹਿਰੇ ਦੇ ਵਿੱਚ ਨਾ ਦੁਸ਼ਹਿਰਾ ਵੀ ਇੰਜੋਏ ਕਰੋ ਔਰ ਕਰਵਾ ਚੌਥ ਦੀ ਸ਼ਾਪਿੰਗ ਵੀ ਨਾਲ ਨਾਲ ਕਰ ਲਓ। ਸਹੀ ਬਾਤ ਹੈ। ਇਹਦੇ ਨੇਲ ਪੇਂਟਸ ਵੀ ਆ। ਇਅਰਿੰਗਸ ਕਾ ਸਟਾਕ ਜਾ ਰਹੇ ਹੈ। ਸਾਰੇ ਆਪਕੋ ਯਹਾਂ ਪੇ ਨੈਕਲੇਸ ਮਿਲ ਜਾਏਂਗੇ। ਹੌਲੀ ਹੌਲੀ ਕਾਫੀ ਅੱਛੀ ਕਲੈਕਸ਼ਨ ਆਈ ਹੈ ਦੇਖੋ ਨਾ। ਸਭ ਕੇ ਅਲੱਗ ਅਲੱਗ ਆਉਂਦੇ ਆ। ਔਰ ਇਸ ਕੇ ਸਾਥ ਹੀ ਇਧਰ ਬੈਂਗਲਸ ਕੀ ਵੀ ਲੱਗੇ ਹੋਏ ਆ, ਸਾਰੇ ਬੈਂਗਲਸ। ਮੇਲਾ ਬਹੁਤ ਭਰਿਆ ਹੋਇਆ, ਕਪੜਾ ਸੂਟ ਦੇ ਪਿਆ, ਕਪੜਾ ਕੀ ਦੇ ਰਹੀ ਪਈ ਆ, ਸੇਲ ਕਰਾ ਧਿਆਨ ਕਿਧਰ ਆ, ਸੇਲਾਂ ਲੱਗੀਆਂ ਹੋਈਆਂ, ਸੇਲ ਲੱਗੀ ਹੋ ਆ ਫਿਰ ਮੈਂਗੋ ਸ਼ੇਕ ਵੀ ਹੈਗਾ ਗਾਈਸ। ਆਹ ਦੇਖੋ ਮੇਰੇ ਪਿੱਛੇ ਮੈਂਗੋ ਸ਼ੇਕ ਵੀ ਲੱਗਾ, ਦੇਖ ਰਿਹਾ ਹੈ ਲਾਈਟਿੰਗ ਬੜੀ ਪੈ ਰਹੀ ਹੈ ਮੈਂਗੋ ਸ਼ੇਕ ਦੇ ਉੱਤੇ। ਹਾਂ ਕੱਪ ਤਾਂ ਸੋਹਣੇ ਪਰ ਵੱਡੇ ਬੜੇ ਲੱਗਦੇ ਵੀਡੀਓ 'ਚ, ਉੱਦਾਂ ਛੋਟੇ ਲੱਗਦੇ ਪਏ ਆ। ਤੁਸੀਂ ਤਾਂ ਆਹ ਨਹੀਂ ਯਾਰ ਕੱਪ ਕਿੰਨੇ ਵਧੀਆ ਪਏ ਕਾਲੇ ਕਾਲੇ ਜੇ। ਪੀਣਾ ਕੀ ਇਹਦੇ ਵਿੱਚ? ਆਪਣੇ ਹਿਸਾਬ ਨਾਲ ਯਾਰ ਇਹ ਤਾਂ ਪੱਤਾ ਜਿਹਾ ਬਣਿਆ। ਇਹ ਰੈਸਟੋਰੈਂਟ ਦਾ ਸਮਾਨ ਲੱਗ ਰਿਹਾ। 60 ਰੁਪਏ ਹੋ ਗਿਆ ਤਾਂ ਘੱਟ ਗਿਆ ਹੋਰ ਰੇਟ ਕਵਿਤਾ, ਤੂੰ 100 ਰੁਪਏ ਕਹਿੰਦੀ ਸੀ 50 ਰੁਪਏ ਹੋ ਗਿਆ ਵਾ, ਰੇਟ ਘੱਟ ਗਿਆ 100 ਤੋਂ ਥੱਲੇ ਆ ਗਿਆ। ਉੱਧਰ 30 ਵੀ ਆ, ਚਲੋ ਉੱਧਰ ਚਲੀਏ 30 ਵਾਲਾ ਦੇਖੀਏ ਕੀ ਆ। ਅਤੇ ਕਹਿੰਦੇ ਇੱਧਰ 30 ਦਾ ਸਮਾਨ ਲੱਗਿਆ ਆ, ਆਹ ਕੁਛ ਇੱਦਾਂ ਦਾ ਸਮਾਨ ਆ 30 ਵਾਲਾ। ਹੁਣ ਅਸੀਂ 20 ਵਾਲੇ ਵੱਲ ਵੀ ਪਹੁੰਚ ਗਏ ਹਾਂ। ਆਹ ਦੇਖੋ ਸਾਡੇ ਪਿੱਛੇ 20 ਵਾਲਾ ਸਮਾਨ ਮਿਲ ਗਿਆ ਸਾਨੂੰ। ਪਿਛਲੇ ਸਾਲ ਵੀ ਸਾਨੂੰ ਦੁਸ਼ਹਿਰਾ ਚ ਮਿਲਿਆ ਸੀਗਾ, ਤੁਹਾਨੂੰ ਪੁਰਾਣੀ ਵੀਡੀਓ ਵੀ ਦਿਖਾਉਂਦੇ ਹਾਂ।
प्यारी है, प्यारा है, सब प्यारा है। बस बस हाथ मत लगाओ ज्यादा। हाँ जी तो हूँ अभी मेला देख लिया, तुहानू भी दिखाता हूँ साड़ी और वापसी। कविता कुछ कहना चाहूंगी? हाँ, थक गए और ज्यादा, क्योंकि काफी ज्यादा बड़े ग्राउंड है, बहुत सारी चीजें देखने पे पर देख नहीं होती, तो और क्या हो जाए। रोज आईदा मेले दे विच, तुसीं साडे चैनल नूं सबसक्राइब कर दिया करो, साडी वीडियो शेयर कर दिया करो अपने फ्रेंड्स नाल, फैमिली नाल, ताकि साडे चैनल होर सपोर्ट मिले। तो वीडियो चंगी लगी तो लाइक करियो, साडे चैनल नूं जरूर 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 सबसक्राइब करियो, ते तुसीं साडा ब्लॉग अपने कीमती टाइम कढ के देखिया उहदे लई तुहाडा बहुत बहुत थैंक यू। मिलते हैं अगले किसी होर इंट्रस्टिंग ब्लॉग च, तद तक दे लई बाय बाय।